ਅੱਜ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਬਾਬਾ ਗੁਰਾ ਵਾਲੇ ਅੱਜ ਮੈਂ ਤਿਆਰ ਸ਼ਹਿਰ ਹੋ ਕੇ ਆਈ ਹਾਂ ਫਸਟ ਟਾਈਮ ਗੁਰਦੁਆਰਾ ਸਾਹਿਬ ਚੂੜਾ ਪਾ ਕੇ ਦੇਖੋ ਅੱਜ ਲਓ ਜੀ ਪੁੱਜ ਗਏ ਅਸੀਂ ਡੀ ਐਚ ਸੁਪਰ ਮਾਰਕੀਟ ਚਲੋ ਜੀ ਦੁੱਧ ਵੀ ਹੋ ਗਿਆ ਹੁਣ ਬਾਹਰ ਇਕੱਲੇ ਖਲੋ ਕੇ ਮੰਮੀ ਨਾਲ ਕੱਪ ਲਾਵਾਂਗੇ ਟੋਨੀ ਵਾਈਟ ਬ੍ਰੈਡ ਨਾ ਲਿਓ ਬ੍ਰਾਊਨ ਮੁੰਡਾ ਨਿਊਜ਼ੀਲੈਂਡ ਲੁੱਟਦਾ ਨਜ਼ਾਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਇਹ ਹਫ਼ਤੇ ਸਾਰੇ ਵਧੀਆ ਘੈਂਟ ਹੋ ਗਏ ਵੈਲਕਮ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਬਾਬਾ ਗੁਰਾ ਵਾਲੇ ਪਿਛਲੀ ਵਾਰ ਗਏ ਸੀ ਟਾਕਾ ਨੀਨੀ ਵਾਲੇ ਅੱਜ ਜਾ ਰਹੇ ਹਾਂ ਬਾਬਾ ਗੁਰਾ ਵਾਲੇ ਸੰਡੇ ਸਾਡੀ ਹਰ ਸੰਡੇ ਟੂ ਸੰਡੇ ਰੂਟੀਨ ਹੁੰਦੀ ਹੈ ਕਿ ਆਪਾਂ ਗੁਰੂ ਘਰ ਜਾਣਾ ਹੀ ਹੁੰਦਾ ਪਿਛਲੀ ਵਾਰ ਆਪਾਂ ਟਾਕਾ ਨੀਨੀ ਗਏ ਸੀ ਇਸ ਵਾਰ ਆਪਾਂ ਬਾਬਾ ਗੁਰਾ ਜਾ ਰਹੇ ਹਾਂ ਟਾਕਾ ਨੀਨਾ ਵੀ ਜਾਵਾਂਗੇ ਟਾਕਾ ਨੀਨਾ ਟਾਕਾ ਨੀਨੀ ਵੀ ਜਾਵਾਂਗੇ ਅਸੀਂ ਗੁਰਦੁਆਰਾ ਸਾਹਿਬ ਟਾਕਾ ਨੀਨੀ ਵਾਲੇ ਦੋਨੋਂ ਗੁਰਦੁਆਰੇ ਜਾਵਾਂਗੇ ਅੱਜ ਅੱਜ ਅਸੀਂ ਫ੍ਰੀ ਆ ਸੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹੁਣ ਬਾਹਰ ਦਾ ਵਿਊ ਦੱਸਦੀ ਆ ਅੱਜ ਸਨੀ ਡੇ ਆ ਵੈਦਰ ਚੈੱਕ ਕਰੋ ਕਿੰਨਾ ਘੈਂਟ ਅੱਜ ਪਰ ਕਿੱਥੇ ਵੈਦਰ ਦਾ ਕੁਝ ਪਤਾ ਨਹੀਂ ਲੱਗਦਾ ਅੱਜ ਮਜ਼ਾ ਆ ਰਿਹਾ ਧੁੱਪ ਚੜੀ ਆ ਜਿੱਦਾਂ ਸਾਡੇ ਕੰਮ ਦੇ ਦਿਨ ਹੁੰਦੇ ਉਦੋਂ ਮਾਏ ਕਿਤੇ ਧੁੱਪ ਚੜੀ ਹੁੰਦੀ ਕਿਤੇ ਬੱਦਲ ਪੈ ਜਾਂਦੇ ਹੁੰਦੇ ਚਲੋ ਐਟਲੀਸਟ ਵੀਕਐਂਡ ਤੇ ਤੇ ਧੁੱਪ ਮਿਲਦੀ ਹੈ ਪੰਜਾਬੀ ਪਲੇਸ ਮਸਟ ਫੋਲੋ ਇੱਕ ਬਸ ਰੂਲਸ ਹੀ ਹੈਗੇ ਉਧਰੋਂ ਮੈਂ ਸਿੱਧਾ ਹੀ ਜਾਣੀ ਆ ਕਾਨੂੰ ਨਾ ਕੰਮ ਤੇ ਲਾਵ ਜੀ ਮਿੱਤਰੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਪਾਰਕਿੰਗ ਦੇਖੋ ਅੱਜ ਮਿਲਦੀ ਹੈ ਨਹੀਂ ਮਿਲਦੀ ਹੈ ਵੈਸੇ ਹਰ ਵਾਰ ਹੀ ਬਹੁਤ ਜ਼ਿਆਦਾ ਹੁੰਦਾ ਕਿ ਨਹੀਂ ਅਵੇਲੇਬਲ ਹੁੰਦੀ ਹੈ ਬਟ ਉਹ ਨਹੀਂ ਇੱਧਰ ਲਗਾ ਸਕਦੇ ਹੋ ਤੁਸੀਂ ਆਈ ਥਿੰਕ ਲਗਾ ਸਕਦੇ ਹੀ ਤੁਸੀਂ
ਪਾਰਕਿੰਗ ਲੱਗੀ ਹੁੰਦੀ ਹੈ ਅੱਜ ਹੈਗੀ ਆ ਅਵੇਲੇਬਲ ਅੱਜ ਘਟਾ ਹੈ ਅਗਲੀ ਸਾਈਡ ਜ਼ਿਆਦਾ ਹੋਣੀ ਨਾ ਪਾਰਕਿੰਗ ਕਿੱਧਰ ਉੱਧਰ ਤਾਂ ਨਹੀਂ ਮਿਲਣੀ ਨਹੀਂ ਇਦਾਂ ਹੀ ਆ ਹਮ ਲਿਸ਼ਕਦਾ ਚਲੋ ਫਿਰ ਚੱਲੀਏ ਚਲੋ ਫੋਨ ਛੱਡ ਜਾ ਗੱਡੀ ਚ ਹਮ ਫਿਰ ਤੁਸੀਂ ਪਾਕਿਟ ਚ ਪਾਉਂਗੇ ਤੇ ਪਾ ਲਾਦਾ ਕਦੋਂ ਸ਼ੀਸ਼ੇ ਤੋੜ ਕੇ ਲੈ ਜਾਂਦੇ ਸਾਰਾ ਕੁਝ ਕੱਢ ਕੇ ਬੱਦਲ ਦੇ ਕੋਲ ਕੋਲੇ ਇਹ ਦੇਖੋ ਤੇ ਚਾਬੀ ਲੋੜੀ ਵਾਸ ਇਹਨੂੰ ਕਰਨਾ ਗੱਡੀ ਲਾਕ ਹੋ ਗਈ ਇਹ ਦੇਖੋ ਅੱਜ 4 ਮਹੀਨੇ ਬਾਅਦ ਸੂਟ ਪਾਇਆ ਹੀ ਆ ਗੱਡੀ ਤੁਹਾਡੇ ਭਰਾ ਦੀ ਉਹਨਾਂ ਦਾ ਸਭ ਕੁਝ ਲੱਗਦਾ ਉਹ ਸਾਹਮਣੇ ਕਰਦਾ ਦੁੱਖ ਨਹੀਂ ਮਾਰਨ ਸਾਹਿਬ ਮੈਂ ਪਹਿਲੇ ਆਊਟ ਪੈ ਗਿਆ ਸੀ ਰੋਡ 'ਚ ਚੱਲਿਆ ਹਰੇ ਬੰਦੇ ਗੱਡੀ 'ਚ
ਤੁਸੀਂ ਲੰਗਰ ਵਾਲੀ ਤਾਂ ਵੀਡੀਓ ਬਣਾਈ ਨਹੀਂ ਬਣਾਈਏ ਬਣਾਈਏ ਲੰਗਰ ਛਕ ਕੇ ਦਰਸ਼ਨ ਕਰਕੇ ਮੱਥਾ ਟੇਕ ਕੇ ਅਸੀਂ ਆ ਗਏ ਹੁਣ ਉਹ ਚੱਲੇ ਅਸੀਂ ਗਰੋਸਰੀ ਕਰਨ ਗਰੋਸਰੀ ਕਰਕੇ ਫਿਰ ਜਾਣਾ ਸੀ ਘਰ ਨੂੰ ਹਮ ਪਹੁੰਚ ਗਏ ਡੀਐਚ ਲੋ ਜੀ ਇੰਡੀਅਨ ਸਟੋਰ ਆਪਾਂ ਪਹੁੰਚ ਗਏ ਡੀਐਚ ਸੁਪਰ ਮਾਰਕੀਟ ਕਾਫੀ ਸਾਰੇ ਇੰਡੀਅਨ ਸਟੋਰ ਹੈਗੇ ਆਪਣੇ ਇੱਥੇ ਬਟ ਇੱਥੇ ਜ਼ਿਆਦਾ ਪਾਪਾਗੁਰਾ ਚ ਇਹੋ ਹੀ ਹੈਗਾ ਡੀਐਚ ਸੰਡੇ ਨੂੰ ਇੱਦਾਂ ਹੁੰਦਾ ਕਿ ਸਾਰੇ ਲੋਕ ਗੁਰਦੁਆਰਾ ਸਾਹਿਬ ਤੋਂ ਹੋ ਕੇ ਤਾਂ ਬਸ ਗਰੋਸਰੀ ਬਾਏ ਕਰਨਾ ਸਾਰਿਆਂ ਦੀ ਡਿਊਟੀ ਠੰਡ ਲੱਗਦੀ ਕਹਿੰਦੀ ਨਾ ਗੱਡੀ ਲਾਕ ਕਰਦੀ ਏ ਉਹ ਰੇੜੀ ਇੱਕ ਵੀ ਨਹੀਂ ਇੱਥੇ ਗੱਡੀ ਪਿਆ ਇਹ ਲਾਉਣਾ ਹੈ ਬਾਸਮਤੀ ਰਾਈਸ ਕਿਹੜੇ ਲੱਗ ਜਾਂਦੇ ਨਹੀਂ ਪਹਿਲੇ ਤੁਹਾਨੂੰ ਪਤਾ ਹੀ ਪਹਿਲੇ ਕਿਹੜੇ ਲੱਗ ਜਾਂਦੇ ਚਲੋ ਜੀ ਭਾਅ ਜੀ ਇੱਕ ਰਾਈਸ ਲੈਣੇ ਆ ਲੈਣੇ ਸੇਬ ਸੂਬ ਸੇਬ ਅਸੀਂ ਗੁਰਦੁਆਰੇ ਲੈ ਆਏ ਆਉਣੀਆਂ ਲੈ ਲਓ ਚੁਕਾਉਂਦਾ ਹੀ ਨਹੀਂ ਪਿਆ ਦੇਖਿਆ ਹੋਣੀ ਆਲੂ ਆਲੂ ਹੈ ਐਂਕਲ ਚਿਪਸ ਵੀ ਆਈ ਹੈ ਸਵਾਰ ਲੱਡੋ ਦੋ ਕੁ ਪੈਕਟ ਇੱਕ ਕੁਰਕਾ ਲੈ ਲਓ ਦੇਖ ਕੇ ਲੈ ਲਓ ਨਹੀਂ ਉਦਣ ਲੈ ਕੇ ਗਏ ਸੀ ਨਾ ਲੈਣੀ ਕੋਈ ਸੌਂਪ ਸਾਪ ਇੰਨੇ ਲਫਾਫੇ ਸੁੱਟ ਛੇੜ ਇੱਕੋ ਵਾਰ ਦੇ ਮਖਾਣੇ ਵੀ ਆਦਰ ਮਿੱਠੇ ਮਖਾਣੇ ਲੈ ਲਓ ਪੰਜ ਪਹਿਲੇ ਕਿੰਨੇ ਲੱਗ ਜਾਂਦੇ ਸੀ ਚਲੋ ਜੀ ਦੁੱਧ ਵੀ ਹੋ ਗਿਆ ਹੁਣ ਹੁਣ ਕੀ ਲੈਣਾ ਪਨੀਰ ਦੇਖੋ ਪਨੀਰ ਦੇ ਪਏ ਦੇਖੋ
ਸਾਰਾ ਇੰਡੀਅਨ ਸਮਾਨ ਆਇਆ ਤੁਹਾਡੇ ਮੈਂ ਫਿਰ ਜਰੋਂ ਦੇ ਰਹਿੰਦੇ ਤਰ੍ਹਾਂ ਹੀ ਗੋਭੀ ਲੈਣੀ ਹੈ ਹੈ ਗੋਭੀ ਦੇ ਗਾਜਰ ਵੀ ਹੋ ਗਈ ਹੁਣ ਲੈ ਰਹੇ ਟਮਾਟਰ ਸਾਡੀ ਗਰੋਸਰੀ ਹੋ ਗਈ ਹੈ ਡਨ ਆਂਟੀਆਂ ਨੂੰ ਟਾਸਣ ਲਾਈ ਬਸ ਇਹਦੇ ਕੇਲੇ ਕਿਤੇ ਇੱਕ ਇੱਕ ਕਰਕੇ ਲਏ ਗੁੜੀਆਂ ਨੇ ਉਹ ਫਿਰ ਹੈ ਹੀ ਨਹੀਂ ਸੀ ਕੱਚੇ ਬਹੁਤ ਸੀ ਅੱਜ ਗੁਰਦੁਆਰਾ ਸਾਹਿਬ ਤੋਂ ਲਿਆ ਬਾਬਾ ਦੀਪ ਸਿੰਘ ਜੀ ਦਾ ਫੋਟੋ ਬਾਹਰ ਕੱਲੇ ਖਲੋ ਕੇ ਮੰਮੀ ਨਾਲ ਕੱਪ ਲਾ ਆਉਂਦੇ ਆ ਚਲੋ ਆਪਾਂ ਚੱਲੀਏ ਬਾਹਰ ਹੁਣ ਧੁੱਪ ਚੰਗੀ ਤਕੜੀ ਹੈ ਬਾਹਰ ਗੱਡੀ ਲਾਕ ਕਰਦੀ ਹੈ ਡਬਰ ਹੋ ਰਿਹਾ ਕਾਊਂਟਡਾਊਨ ਕਾਊਂਟਡਾਊਨ ਜਾ ਕੇ ਫ੍ਰਿਜਾਂ ਚੱਲਣ ਦੀਆਂ ਅੰਦਰ ਇਹ ਸਾਰਾ ਬੀਫ ਪਿਆ ਗਾਈ ਡੰਗਰਾਂ ਡੁੰਗਰਾਂ ਦੇ ਮੀਟ ਛੀ ਪਾਸਤਾ ਕਿੱਥੇ ਪਿਆ ਉਹ ਪਿਆ ਅੱਗੇ ਸਾਹਮਣੇ ਪਾਸਤਾ ਅੱਜ ਸੇਲ ਲੱਗੀ ਹੈ ਆਉਂ ਕਿੰਨੇ ਦਾ ਹੈ $6 ਦਾ $4.20 ਦਾ ਲੱਗਾ ਚਲੋ ਪੈਕਟ ਸੇਫ ਚੱਲਾਂਗੇ ਤੇ ਫਿਰ ਲਿਆਵਾਂਗੇ ਆ ਜਾ ਤੁਸੀਂ ਵਾਈਟ ਬ੍ਰੈਡ ਨਾ ਲਿਓ ਬਰਾਊਨ $35
ਬਟ ਬਰਾਊਨ ਸੀਗਾ ਹਾਂ ਇਹ ਵਾਲਾ ਲੈ ਲਓ ਬੀਰੋਂ ਦਾ ਕਿਹੜਾ ਸੀ ਸੀਟਸ ਵਾਲਾ ਸੀ ਨਾ ਨਹੀਂ ਇਹ ਵਾਲਾ ਨਹੀਂ ਹੈਗਾ ਇਹ ਵਾਲਾ ਸਲੋ ਕਾਮ ਹਾਂਜੀ ਹੁਣ ਅਸੀਂ ਪੁੱਜ ਗਏ ਘਰ ਸੋ ਵਲੌਗ ਦਾ ਕਰਦੇ ਹਾਂ ਐਂਡ ਜੇ ਵਲੌਗ ਵਧੀਆ ਲੱਗੇਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਸਬਸਕ੍ਰਾਈਬ ਕਰਿਓ ਭਰਾ ਦੇ ਚੈਨਲ ਨੂੰ ਸੋ ਮਿਲਦੇ ਤੁਹਾਨੂੰ ਸਾਰਿਆਂ ਨੂੰ ਨੈਕਸਟ ਵਲੌਗ 'ਤੇ ਔਰ ਨੈਕਸਟ ਵੀਕ ਚੱਲਾਂਗੇ ਕਿਤੇ ਵਧੀਆ ਜਿਹੀ ਲੋਕੇਸ਼ਨ 'ਤੇ ਅਤੇ ਵਲੌਗ ਬਣਾਵਾਂਗੇ ਚਲੋ ਮਿਲਦੇ ਹਾਂ ਤੁਹਾਨੂੰ ਨੈਕਸਟ ਸੱਚ ਦੇ ਨੂੰ ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਕਮੈਂਟਾਂ 'ਚ ਗਾਲ ਨਹੀਂ ਕੱਢਣੀ।